مسئلہ سن لو اوئے لوکوں گل سنو اللہ وحدہ لا شریک ہے او دا شریک کوئی نہیں او دے نبی دے کہن ہر چ نبی کوئی نہیں اللہ نے دو حصے کیوں دتے نے پتر نو ایک حصہ بیٹی نے کیوں دتا ہے اللہ پاک نے احساس کیتا ہے کہ باپ مر بھی جائے پتر نو دو حصے ملن ਤੇ ਭੈਣ ਤੇ ਬੂਹੇ ਤੇ ਭਰਾ ਲਈ ਭਰਾ ਦੇ ਬੂਹੇ ਤੇ ਭੈਣ ਆ ਰਹੀ ਭਰਜਾਈ ਤੇ ਭਰਾ ਤੇ ਬੱਚੇ ਤੇ ਬੋਝ ਨਾ ਸਮਝਣ ਇਹ ਸਾਡੀ ਕੁੱਪੀ ਰੋਜ਼ ਤੁਰੀ ਰਹਿੰਦੀ ਹੈ ਭਰਜਾਈ ਬੋਝ ਨਾ ਸਮਝੇ ਇਹ ਮੇਰੀ ਨਨਾ ਰੋਜ਼ ਤੁਰੀ ਰਹਿੰਦੀ ਹੈ ਭਰਾ ਬੋਝ ਨਾ ਸਮਝੇ ਮੇਰੀ ਭੈਣ ਰੋਜ਼ ਲਾਗਣਾ ਦੇ ਮਦਦ ਕਰਕੇ ਆਉਂਦੀ ਹੈ ਦੱਸਣਾ ਚਾਹੁੰਦਾ ਹੈ ਕੋਈ ਗੱਲ ਖਿਲਾ ਨਾ ਕਰੇ ਮੈਂ ਦੋ ਹਿੱਸੇ ਸਾਧ ਦਵਾਏ ਨੇ ਉਹ ਧੀ ਆਪਣੇ ਪਿਓ ਦੇ ਹੱਕ ਚ ਖਾ ਕੇ ਲੈ ਪਿਓ ਦੇ ਘਰ ਚ ਰਹਿ ਕੇ ਲੈ ਉਹਦੇ ਘਰ ਚ ਰਹਿ ਕੇ ਲੈ ਐਸੀ ਇਸਲਾਮ ਆਜ ਕਿਤਨੇ ਮੁਸਲਮਾਨ ਹੈ ਜੋ ਮਾਂ ਬਾਪ ਦੇ ਮਰਨੇ ਕੇ ਬਾਅਦ ਭੈਣੋ ਕੋ ਬਹੁਤ ਸਮਝਦੇ ਸਮਝਦੇ ਕਿਤਨੀ ਪਰਜਾਈਆਂ ਨੇ ਜਿਹੜੀਆਂ ਨੰਦਾ ਨੂੰ ਬੋਝ ਸਮਝੀ ਇਹ ਜੋ ਛੇ ਛੇ ਮਰਲੇ ਕੀ ਦਸ ਦਸ ਮਰਲੇ ਕੀ ਕੋਠੀ ਹੈ ਨਾ ਇਸਮੇ ਤੁਹਾਰੀ ਜੋ ਆਨੇ ਵਾਲੀ ਨੰਦ ਹੈ ਉਸ ਉਹ ਆਪਣੇ ਬਾਪ ਦੇ ਹਿੱਸੇ ਸੇ ਖਾ ਕੇ ਜਾਂਦੀ ਹੈ ਸਭ ਸ਼ੁਕਰੀਆ ਨਾ ਕਰਿਆ ਕਰੋ ਅਗਰ ਇੱਕ ਮਰਲਾ ਵੇਚ ਦੇਵੇ ਉਹ 20 ਲੱਖ ਦਾ ਹੈ 25 ਲੱਖ ਦਾ ਹੈ ਇਹ ਠੇਠੀ ਦਾ ਹੁਸਲਾ ਹੈ ਕਿ ਆਪਣੇ ਭਰਾਵਾਂ ਨੂੰ ਬਖਸ਼ ਦਿੰਦੀ ਹੈ ਕਿ ਮੈਂ ਸਹੀ ਲੈਣ ਦਾ ਨਹੀਂ ਚਾਹੁੰਦਾ ਹੈਡੇ ਵੱਡੇ ਚਿਮੜੇ ਦੀ ਮਾਲਕ ਹੁੰਦੀ ਐ ਭਰਜਾਈਆਂ ਤੇ ਚਾਹੀਦਾ ਹੈ ਜਦੋਂ ਨੰਦ ਆਉਂਦੀ ਹੋਵੇ ਤੇ ਥੱਲੇ ਕਲੀਨ ਵਿਛਾ ਦੇਵੇ ਕਿ 25 ਲੱਖ ਦਾ ਮਰਲਾ ਸਾਨੂੰ ਇਹਨੇ ਛੱਡਿਆ ਇਹਦਾ ਭੌਸਰਾ ਹੀ ਇੱਥੇ ਛੱਡ ਆਮ ਚੀਜ਼ ਨਹੀਂ ਛੱਡੀ ਹਾਂ ਕਈ ਤਾਂ ਆਪਾਂ ਗਾਲਾਂ ਕਰਦੇ ਨੇ ਮਾਂ ਦੇ ਮਰਨ ਤੋਂ ਬਾਅਦ ਚੱਲ ਜਿੱਦਣ ਪਿਓ ਮਰ ਗਿਆ ਤੂੰ ਵੀ ਮਰ ਗਈ ਐ ਮਸਲਾ ਸੁਣਨਾ ਅੱਲਾ ਦੀ ਕਾਦੀ ਮੈਂ ਤੋਂ ਪਹਿਲੇ ਕਰੀ ਕਰੀਏ ਵੀ ਖੈਰ ਮਰਨਾ ਤੇ ਹੈ ਸਭ ਨੇ ਮੇਰੀ ਹਾਜ਼ਰੀ ਕਬੂਲ ਕਰਵਾਏ ਟਾਈਮ ਦਿੱਤਾ ਸੀ ਕਿਤਨੀ ਦੇਰ ਹੋਈ ਮੈਂ ਆ ਕੇ ਬੈਠਾ ਹੈ ਇੰਨੀ ਇਹ ਮਹਿਮਾਨ ਆਈ ਥੋੜੀ ਦੇਰ ਹੋਰ ਬੋਲਾਂਗਾ ਤੇਰੀ ਮੇਰੀ ਜ਼ਿਆਦਾ ਲਾਜ਼ਮਾਂ ਦੀ ਹਾਜ਼ਰੀ ਕਬੂਲ ਕਰਵਾਏ ਟੈਲੀਫੋਨ ਕਰੀਏ ਅੱਲਾਹੁ ਅਕਬਰ ਅੱਲਾਹੁ ਟੈਲੀਫੋਨ ਕਰੀਏ ਵੀਰ ਖੈਰ ਸਰ ਮੇਰੇ
ਪੁੱਤਰ ਕਮਰਾ ਚ ਪਿਆ ਮਹਾਂ ਪੁੱਤਰ
ਪੁੱਤਰ ਦੇ ਅੱਗੇ ਲਿਆ ਕਿ ਆਪਣਾ ਪੁੱਤਰ ਲੱਭਦੀ ਏ। ਮੈਂ ਐਵੇਂ ਨਹੀਂ ਦਰਦ ਨਾਲ ਸਮਝਾ ਰਿਹਾ, ਗੱਲ ਬੜੀ ਵੱਡੀ ਏ। ਕਦੀ ਅੱਗੇ ਦੀ ਨਹੀਂ ਤੇ ਮੇਰਾ ਮਾਰ ਆਇਆ ਕਰ, ਅਕਬਰ ਮੇਰੇ ਦਾਦੇ ਦੀ ਏ, ਅਕਬਰ ਮੇਰੇ ਬਾਬੇ ਦੀ ਏ, ਅਕਬਰ ਮੈਨੂੰ ਲੋਹੜੀਆਂ ਦੇਣ ਵਾਲੀ ਮੇਰੀ ਮਾਂ ਦੀ ਏ, ਅਕਬਰ ਮੇਰਾ ਪਿਆਰ ਕਰਨ ਵਾਲੇ ਮੇਰੇ ਬੁੱਢੇ ਬਾਪ। ਕਬਰਾਂ ਚ ਸਿਫਤਾਂ ਨਾ ਪਿਆ ਕਰ, ਕਬਰਾਂ ਚ ਨਾ ਸਿਫਤਾਂ ਪਿਆ ਕਰ, ਇੱਕ ਇੱਕ ਬੰਦਾ ਇੱਕ ਇੱਕ ਕਬਰ ਤੇ ਖਲੋਇਆ ਕਰੇ ਤੇ ਮਿੱਟੀ ਦੇ ਥੱਲੇ ਨਜ਼ਰ ਜਮਾਇਆ ਕਰੇ। ਢੇਰ ਮਿੱਟੀ ਦੇ ਉਚੇਰੇ ਨੇ, ਇਹਦੇ ਥੱਲੇ ਵਸਦੇ ਕਿਹੜੇ ਨੇ? ਕੁਝ ਤੇਰੇ ਨੇ, ਕੁਝ ਮੇਰੇ ਨੇ, ਗੁਜਰੇ ਨਾ ਦਹਾ ਡੇਰਾਈ ਸੂਜੇ ਮਹਿਲ ਮੁੱਕ ਜਾਣੀ। ਨੱਚਦਾ ਰਹਿਣ ਹਕੀਮਾਂ ਤੇ ਆਇਲ ਬੜੀਆਂ, ਗੋਲੀ ਮੌਤ ਵਾਲੀ ਸੀਨੇ ਠੁੱਕ ਜਾਣੀ। ਅਸਾਂ ਸੁਣਿਆ ਪਿਆ ਲਿਆ ਤੇ ਸੇ ਅੰਦਰ ਆਇਆ, ਮੈਂ ਜੁਮਲਾ ਕਵਾਂਗਾ ਦਰਦ ਵਾਲਾ, ਨੱਚਦੀ ਤਰੀਰ ਪੱਲੇ ਪੜ ਕੇ ਲੈ ਕੇ ਜਾਣੀ। ਇੱਕ ਇੱਕ ਲਬਲ ਛੱਠ ਪਿੰਜਰੇ ਉੱਤ ਸ਼ਹਿਬਾਜ਼ ਗਏ, ਆਈ ਮੁਜ਼ੰਮਲ ਘਰ ਛੱਡ ਕੇ ਕਬਰਾਂ ਚ ਤੁਰ ਗਏ। ਕਦੀ ਸੋਚ ਜਿੰਦਾ ਕੋਈ ਕਰ ਸਕਦਾ ਕਰੋ ਕਿਸੇ ਛੱਠ ਪਿੰਜਰੇ ਉੱਡ ਸ਼ਹਿਬਾਜ਼ ਗਏ, ਘਰ ਅਰਸ਼ਾਂ ਵੱਲ ਪਰਵਾਜ਼ ਗਏ। ਡਾਕਟਰਾਂ ਜੋ ਕੇ ਬੀਬੀ ਅੱਗਾ ਵੱਲ ਧਿਆਨ ਕਰ ਲਾ ਰੱਖਾ ਮੈਂ ਨਾਲ।
ਫਕੀਰ ਹੋ ਗਈ ਪੁੱਤਰ ਮਗਰ ਸਤਸੰਗ ਵਿੱਚ ਲਾਤਾ ਪੁੱਤਰ ਇੱਕ ਵਾਰ ਮਾਂ ਕਹਿ ਹਜ਼ਾਰ ਵਾਰ ਛਕਰੇ ਜਾਵਾਂਗੇ ਸੋਹਣਿਆ ਚੰਨਾ ਇੱਕ ਵਾਰ ਮਾਂ ਕਹਿ ਤੇਰੀਆਂ ਕਰੋੜ ਮੰਨਾ ਪੁੱਤਰ ਬੋਲਦੇ ਸੀ ਪੁੱਤਰ ਇੱਕ ਵਾਰ ਮਾਂ ਕਹਿ ਡਾਕਟਰ ਨੇ ਹੀ ਰੋਕੇ ਤੇਰੀਆਂ ਨੇ ਬੀਬੀ ਅੱਲਾ ਵੱਲ ਧਿਆਨ ਕਰ ਲਾ ਮੈਨੂੰ ਮਾਂ ਕਹਿੰਦੇ ਨੇ ਹਾਂਜੀ ਰੱਬਾ ਮੈਨੂੰ ਮਾਰਦਾ ਪਰ ਮੇਰਾ ਪੁੱਤਰ ਬਚੇ ਲੱਖਾਂ ਸਾਹਿਬ ਨੇ ਬੰਦੇ ਦੁਆ ਕਰਿਆ ਤੇ ਰੱਬਾ ਮੇਰੇ ਬਾਬੇ ਦੀ ਮੰਜੀ ਮੇਰੇ ਬੂਹੇ ਤੋਂ ਉੱਠੇ ਮੇਰੀ ਮਾਂ ਦੀ ਮੰਜੀ ਮੇਰੇ ਬੂਹੇ ਤੋਂ ਉੱਠੇ ਓਏ ਬਦ ਨਸੀਬੋ ਸਾਹਿਬ ਨਾ ਕਰਿਆ ਕਰ ਮਰਗ ਤੇ ਇੰਨੇ ਲੱਗੇ ਨੇ ਲੱਖ ਲੱਗਾ ਬੀਵੀ ਹਿੱਸਾ ਪਾਓ ਸ਼ਰਮ ਨਹੀਂ ਆਉਂਦੀ ਜਿੰਨਾ ਸਾਰੀ ਉਮਰ ਤੇਰੇ ਤੇ ਲਾ ਤੇ ਅੱਜ ਕਫਨ ਦੇ ਸਾਫ਼ ਕਰਨੇ ਦੁਆ ਕਰਿਆ ਕਰ ਰੱਬਾ ਮੇਰੀ ਮਾਂ ਦੀ ਮੰਜੀ ਮੇਰੇ ਬੂਹੇ ਤੋਂ ਉੱਠੇ ਮੇਰੇ ਭਾਵ ਮੇਰੇ ਬੂਹੇ ਤੋਂ ਉੱਠੇ ਕਿਸਮਤ ਵਾਲੇ ਉਹ ਹੈ ਜਿਨਕੀ ਮਾਏ ਹੈ ਮਾਏ ਹੈ ਪਾਸ ਬੁਲਾਤੀ ਹੈ ਦੂਧ ਪਲਾਤੀ ਹੈ ਸੀਨੇ ਸੇ ਲਗਾਤੀ ਹੈ ਲੋਰੀ ਸੁਣਾਤੀ ਹੈ ਯਾਦ ਜੋ ਤੇਰੀ ਪਲ ਪਲ ਮੁਝਕ ਆਤੀ ਹੈ ਆਤੀ ਹੈ ਜਿਨਕੇ ਸਰ ਤੇ ਮਮਤਾ ਕੀ ਦੁਆਏ ਹੈ ਦੁਆਏ ਹੈ ਕਿਸਮਤ ਵਾਲੇ ਉਹ ਹੈ ਜਿਨਕੇ ਮਾਏ ਹੈ ਮਾਏ ਜਵਾਬ ਆ ਭਾਈ ਰਾਣਾ ਮੁਜ਼ੰਮਲ ਦੇ ਬੇਟੇ ਨੇ ਮੈਨੂੰ ਦਿੱਤੀ ਹੋਈ ਮੋਟਰਸਾਈਕਲ ਤੇ ਮੈਂ ਲੰਘਾ ਇੱਥੋਂ ਇਕੱਠੇ ਪੁੱਲ ਲਾ ਕੋਲੋਂ ਕਸ਼ਮੀਰ ਪੁੱਲ ਤੋਂ ਪੈਪਾਲੇ ਪੁੱਲ ਤੋਂ ਮੈਂ ਇੱਥੋਂ ਲੰਘਾ ਚੈਬਰ ਪੁੱਲ ਤੋਂ ਅੱਗੇ ਖੜਾ ਹੋ ਗਿਆ ਇਹ ਹੱਥ ਦਵੇ ਤੇ ਮੈਂ ਖੜਾਵਾਂ ਤੇ ਮੈਂ ਪੁੱਛਾਂ ਵੀ ਖੈਰ ਜੀ ਮੈਨੂੰ ਉਹ ਗੱਟ ਵਾਲੇ ਪੁੱਲ ਤੇ ਲਾ ਦੇ ਜੇ ਧੋਇਆ ਮੈਂ ਨਸਲੀ ਸਲੀ ਤੇ ਮੈਂ ਕਹਾਂਗਾ ਮੈਂ ਆਪਣਾ ਕੰਮ ਛੱਡਿਆ ਆਹ ਤੁਹਾਨੂੰ ਮੈਂ ਗੱਟ ਵਾਲੇ ਪੁੱਲ ਲਾਉਂ ਤੇ ਜੇ ਹੋਇਆ ਪੇੜ ਨਸਲਾ ਮੈਂ ਉਹਨੂੰ ਕਿਹਾ ਭਾਈ ਮੈਂ ਕੰਮ ਚੱਲਾ ਉਹਨੇ ਆਹ ਉਹਦਾ ਮੋਟਰਸਾਈਕਲ ਤੇ ਫੜਾ ਦੇ ਦਿੱਤੀ ਤੇ ਮੈਂ ਹੀ ਇਹਦੇ ਤੋਂ ਮੈਨੂੰ ਨਹੀਂ ਲਾ ਸਕਦਾ ਤੇ ਤੂੰ ਆ ਗੱਡੀ ਫੜਾ ਨੀ ਭੈਣਾ ਇੰਨਾ ਹੀ ਸਾਂ ਸਮਝ ਲਾ ਇਹਨਾਂ ਤਨਹਾਵਾਂ ਚ ਪੇਟ ਕੱਟ ਕੇ ਤੇਰਾ ਜ਼ੇਵਰ ਬਣਾਇਆ ਸੱਸ ਸਹੁਰੇ ਨੇ ਪੇਟ ਕੱਟ ਕੇ ਤੇਰਾ ਸੰਗਰਾ ਸੋਨਾ ਬਣਾਇਆ ਸੱਸ ਸਹੁਰੇ ਨੇ ਪੇਟ ਕੱਟ ਕੇ ਥੋੜੇ ਥੋੜੇ ਪੈਸੇ ਜੋੜ ਕੇ ਤੇਰਾ ਜ਼ੇਵਰ ਬਣਾਇਆ ਥੋੜੇ ਥੋੜੇ ਪੈਸੇ ਅੱਲਾ ਦੀ ਕਸਮੇ ਤੇਰੇ ਮੂੰਹ ਤੇ ਕਦੇ ਲਫ਼ਜ਼ੇ ਤਲਾਕ ਨਾ ਆਵੇ ਜੇ ਤੈਨੂੰ ਪਤਾ ਹੋਵੇ ਦਹੇਜ ਕਿਵੇਂ ਬਣਦਾ ਇਨਕੋ ਕਿਆ ਪਤਾ ਹੈ ਮਾਂ ਬਾਪ ਕੈਸੇ ਦਹੇਜ ਬਣਾਉਂਦੇ ਔਰ ਦੱਸੋ ਦਸ ਮਰਲੇ ਦੀ ਕੋਠੀ ਸੱਸ ਸਹੁਰੇ ਨੇ ਨੌ ਨੂੰ ਦੇ ਦਿੱਤੀ ਏ ਤੇ ਉਹ ਇੱਕ ਰੋਟੀ ਦੀ ਵੀ ਹੱਕਦਾਰ ਨਹੀਂ ਇੱਕ ਚਾਹ ਦੀ ਪਿਆਲੀ ਦੀ ਵੀ ਹੱਕਦਾਰ ਨਹੀਂ ਮੀਆਂ ਸਾਹਿਬ ਰਵਾਂਦੇ ਨੇ ਕਸਮਾਂ ਨਾਲ ਜੇ ਤੇਰੀ ਕਰੀ ਆਵੇ
ਦਿੱਤੀਆਂ ਇਹ ਪਕਾ ਕੇ ਮੇਰੇ ਆਪ ਵੱਖਰੇ ਹੋ ਗਏ। ਕਦੋਂ ਕਿਸੇ ਮਾਂ ਨੇ 36,000 ਨੌ ਦੇ ਆਦੀਆਂ ਖਾਧੀਆਂ, ਭਾਈ ਮੁਜ਼ੰਮਲ ਦੀ ਕਿੰਨੀ ਉਮਰ ਹੋ ਗਈ ਹੈ, ਕੋਈ 2,000 ਖਾ ਕੇ ਤੁਰ ਪੈਂਦੇ ਨੇ, 5,000 ਖਾ ਕੇ ਸੱਸ ਕਬਰਾਂ ਨੂੰ ਤੁਰ ਪੈਂਦੀ ਹੈ, 1,000 ਰੋਟੀ ਖਾ ਕੇ ਤੁਰ ਪੈਂਦੀ ਹੈ, ਇਹਨਾਂ ਬਿਨਾਂ ਦੀ ਤਕਰਾਰ ਦੀ ਇੱਕ ਰੋਟੀ ਰਹਿ ਜਾਂਦੀ ਹੈ। ਉਹ ਜੋ ਜੋ ਬਾਬਾ ਬੁੱਢਾ ਹੋਵੇ ਨੌਕਰ ਸਾਰੇ ਘਰ ਦਾ ਸਾਰਾ ਟੱਬਰ ਇਹ ਹੋਈ ਕਹਿੰਦਾ, ਬਾਬਾ ਕਿਉਂ ਨਹੀਂ ਮਰਦਾ ਉਹ ਸਾਰੀ ਉਮਰ ਮੈਂ ਆਟਾ ਗੁਣਿਆ ਲੱਖਾਂ ਕੀਤੇ ਕਰ ਦਿੱਤਾ ਈ, ਪਹਾੜਾਂ ਵੱਟਿਆਂ ਕਰ ਦਿੱਤਾ ਈ, ਘਿਰਨਾ ਵਾਂਗੂ ਨੱਸਦੇ ਸਾਂ ਮੱਠਿਆਂ ਮੱਠਿਆਂ ਕਰ ਦਿੱਤਾ ਈ, ਰੱਬਾ ਕੀ ਹੁੰਦੇ ਸਾਂ ਕੀ ਕਰ ਦਿੱਤਾ ਈ। ਦੇ ਇਨਸਾਨ ਦੇ ਅੰਦਰ ਜ਼ਿੰਦਗੀ ਕੈਸੀ ਹੈ, ਇਹ ਤਕਰੀਰ ਆਪ ਸਮਝਣ ਵਾਲੇ ਕੱਲੇ ਬਹਿ ਕੇ ਕਿਤੇ ਸੁਣਿਆ ਨਾਸਰ ਮਸਰੀ ਨੇ ਦੁਨੀਆਂ ਦੀ ਹਕੀਕਤ ਸਾਡੇ ਸਾਹਮਣੇ, ਮੈਂ ਤੁਹਾਨੂੰ ਅੱਜ ਸਭ ਕੁਛ ਯਾਦ ਕਰਾਤਾ ਹੈ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਪਾਲਿਆ, ਭੈਣਾਂ ਨੇ ਤੁਹਾਡਾ ਪਿਆਰ ਕਿੰਨਾ ਕੀਤਾ, ਮੈਂ ਤੁਹਾਡੇ ਸਾਹਮਣੇ ਸੱਸਾਂ ਸਹੁਰਿਆਂ ਦੀ ਗੱਲ ਸਮਝਾਤੀ ਹੈ ਕਿ ਭੈਣੋ ਸੱਸ ਸੁਸਰ ਨੇ ਸਾਰਾ ਕੁਛ ਤੁਹਾਡੇ ਵਾਸਤੇ, ਬਹੂ ਬਚਾਈਏ ਸਲੂਕ ਕਰੇ ਸੱਸ ਸੁਸਰ ਕੋ, ਕਿ ਸਾਰੇ ਘਰ ਦੇ ਖੂਬਸੂਰਤ ਕਮਰਾ ਜੋ ਹੈ ਉਹ ਬਹੂ ਕੋ ਮਰਨ ਤੋਂ ਬਾਅਦ ਪਿਓ ਦੀ ਕਬਰ ਸਜਾਉਣਾ ਜਿਨ੍ਹਾਂ ਮਾਪਿਆਂ ਦੇ ਕਦਮਾਂ ਚ ਜੰਨਤ ਉਹਨਾਂ ਕਮਰਿਆਂ ਚ ਜਾਲੇ ਲੱਗੇ ਨੇ, ਅੱਜ ਕਿੰਨੇ ਦੋਸਤ ਆ ਬੈਠੇ ਨੇ, ਮੇਰੀਆਂ ਭੈਣਾਂ ਵੀ ਧਿਆਨ ਨਾ ਸੁਣਨ, ਮੇਰੇ ਵੀਰ ਵੀ ਧਿਆਨ ਨਾ ਸੁਣਨ, ਕਿੰਨੇ ਦੋਸਤ ਆ ਬੈਠੇ ਨੇ, ਆਪਣੇ ਅੰਦਰ ਇੱਕ ਇੱਕ ਬਾਤ ਸਰਾ ਸੁਣਾ ਦੀ ਸਮਝਾ ਲਓ, ਆਪਣੇ ਦਿਲ ਵਿੱਚ ਇੱਕ ਇੱਕ ਬਾਤ ਬਿਠਾ ਲਓ। ਅੱਲਾਹੁ ਅਕਬਰ ਅੱਲਾਹੁ ਅਕਬਰ, ਬੜਾ ਵੱਡਾ ਕਹਿਣ ਲੱਗਾ ਹੈ, ਬੇਗਮ ਦੇ ਕਮਰੇ 'ਚ ਸਿਰਫ ਕਰਾਉਣਾ ਹੈ, ਬੇਗਮ ਦੇ ਕਮਰੇ 'ਚ ਮਾਸਟਰ ਮੋਲਟੀ ਫੋਨ ਲਾਉਣਾ ਹੈ, ਬੇਗਮ ਦੇ ਕਮਰੇ 'ਚ ਕੂਲ ਐਂਡ ਹੀਟ ਏਸੀ, ਬੇਗਮ ਦੇ ਕਮਰੇ 'ਚ ਕਰੋਨਾ ਸਪਰੇ, ਬੇਗਮ ਦੇ ਕਮਰੇ 'ਚ ਡੈਂਗੀ ਸਪਰੇ, ਬੇਗਮ ਦੇ ਕਮਰੇ 'ਚ ਟੈਪ ਬਾਦ, ਜਿਨ੍ਹਾਂ ਮਾਪਿਆਂ ਦੇ ਕਦਮਾਂ 'ਚ ਜੰਨਤ ਉਹਨਾਂ ਕਮਰਿਆਂ 'ਚ ਜਾਲੇ ਲੱਗੇ ਨੇ। ਘਰ 'ਚ ਮਾਂ ਬਾਪ ਦਾ ਕਮਰਾ ਵੀ ਸੋਹਣਾ ਬਣਾਇਆ ਕਰ, ਮਾਂ ਬਾਪ ਦੇ ਬਿਸਤਰੇ ਵੀ ਸੋਹਣੇ ਵਿਛਾਇਆ ਕਰ, ਅੱਜ ਮੇਰੀ ਤਕਰੀਰ ਤੋਂ ਬਾਅਦ ਜਾ ਕੇ ਵੇਖਣਾ ਹੀ, ਯਾਰ ਮੈਂ ਕਰਾਣਾ ਸਾਹਿਬ ਦੇ ਬਾਪ ਦੇ ਨਾਪਿਆਂ ਦਾ ਜੁਦਾਈ ਦੇ ਸਦਮੇ ਤੇ ਗਿਆ ਸਾਂ, ਉੱਥੇ ਨਾ ਸਰਬਤ ਨਹੀਂ ਮਿਲਿਆ, ਉਹਨੇ ਮੈਨੂੰ ਅੱਜ ਬਗੈਰਤ ਵਾਲਾ ਲਫ਼ਜ਼ ਕਿਹਾ ਹੈ, ਜਾ ਕੇ ਵੇਖਣਾ ਹੈ ਮਾਂ ਦਾ
ਦਾ ਕਮਰਾ ਸੋਹਣਾ ਜਾਂ ਬੀਵੀ ਦਾ, ਬਾਪ ਦਾ ਕਮਰਾ ਸੋਹਣਾ ਜਾਂ ਬੱਚਿਆਂ ਦਾ, ਜਾ ਕੇ ਵੇਖਿਆ ਜਿਹੜਾ ਧਿਆਨ ਨਾਲ ਇਹਨਾਂ ਮਾਪਿਆਂ ਦੇ ਕਮਰੇ ਸੋਹਣੇ, ਪੈਰ ਕੱਪੜੇ ਸੋਹਣੇ ਜਾਂ ਤੇਰੇ ਕੱਪੜੇ ਸੋਹਣੇ, ਇਹਨਾਂ ਨੂੰ ਸੋਹਣੇ ਪਾਇਆ ਕਰ। ਅੱਲਾਹ ਅਕਬਰ, ਮੇਰੇ ਵੀਰਾਂ ਲਫ਼ਜ਼ ਤੂੰ ਹੀ ਧਿਆਨ ਨਾਲ ਸੁਣ ਲੈਣਾ। ਹਜ਼ਰਤ ਯੂਸਫ ਅਲੈਹਿ ਸਲਾਮ ਇਹਨਾਂ ਦੇ ਭਰਾ ਜਿਹੜੇ ਨੇ, ਇਹਨਾਂ ਨੇ ਖੂਹੇ 'ਚ ਸੁੱਟ ਦਿੱਤਾ ਜਨਾਬ ਯੂਸਫ ਨੂੰ। ਯੂਸਫ ਨਬੀ ਵੇਖਦੇ ਵਕਤਾਂ ਦੇ ਮਿਸਰ ਦੇ ਬਾਦਸ਼ਾਹ ਦੇ ਘਰ ਪਹੁੰਚ ਗਏ ਤੇ ਅਸੀਂ ਤੇ ਮਿਸਰ ਦੇ ਕੋਲ ਬੈਠੇ ਬੜੀ ਵੱਡੀ ਕਰਨੀ ਹੈ। ਮਰਿਆ ਨੂੰ ਮੋਢੇ ਤੇ ਮੇਰੇ ਵਰਗੇ ਸੜਕ ਤੇ ਜਾਂਦੇ ਵੀ ਦੇ ਦਿੰਦੇ ਨੇ। ਉਹ ਜਿਉਂਦਿਆਂ ਨਾਲ ਮੋਢਾ ਲਾਇਆ ਕਰ, ਜਿਉਂਦਿਆਂ ਦੇ ਸੁੱਖ ਵੇਖਿਆ ਕਰ, ਜਿਉਂਦਿਆਂ ਦੇ ਸੁੱਖ ਵੇਖ ਕੇ ਖੁਸ਼ ਹੋਇਆ ਕਰ। ਜਿਉਂਦਿਆਂ ਦੇ ਸੁੱਖ ਵੇਖ ਕੇ ਹਸਰ ਕਰਨਾ ਹੈ, ਜਿਉਂਦਿਆਂ ਦੇ ਸੁੱਖ ਵੇਖ ਕੇ ਜਾਦੂ ਕਰਨਾ ਹੈ, ਜਿਉਂਦਿਆਂ ਦੇ ਸੁੱਖ ਵੇਖ ਕੇ ਉਹ ਇੱਕ ਦੂਜੇ ਤੋਂ ਸਰਨਾ ਹੈ, ਇੱਕ ਦੂਜੇ ਤੇ ਜਾਦੂ ਟੂਣੇ ਕਰਨਾ ਹੈ ਤੇ ਮਰਨ ਤੋਂ ਬਾਅਦ ਆਉਣਾ ਹੈ। ਬੜਾ ਚੰਗਾ ਸੀ, ਅਸੀਂ ਵੀ ਇੱਕ ਦਿਨ ਮਰ ਜਾਣਾ ਹੈ। ਉਹ ਜਿਉਂਦਿਆਂ ਨਾ ਮਾਰਿਆ ਕਰ, ਜਿਉਂਦਿਆਂ ਨਾਲ ਮੋਢੇ ਲਾਇਆ ਕਰ। ਆ ਕਈ ਬੰਦੇ ਮਰਨ ਤੇ ਆ ਕੇ ਪੁੱਛਦੇ ਨੇ ਕੀ ਹੋਇਆ, ਇਹਨੂੰ ਕਿੱਥੇ ਲੈ ਕੇ ਗਏ, ਕਿਹੜੇ ਹਸਪਤਾਲ ਲੈ ਕੇ ਗਏ। ਹੁਣ ਜੋ ਮਰਨ ਦਿਆ ਹੈ, ਜੇ ਜਿਉਂਦਿਆਂ ਆਣ ਕੇ ਕਹਿੰਦਾ ਫਲਾਣਾ ਡਾਕਟਰ ਬੜਾ ਸਿਆਣਾ, ਆਓ ਮੈਂ ਨਾਲ ਲੈ ਕੇ ਚੱਲਾਂ। ਆ ਮਰਨ ਤੋਂ ਬਾਅਦ ਵੀ ਤੇ ਆਉਣਾ ਹੀ ਨਾ, ਹੋਰ ਜਿਉਂਦਿਆਂ ਜਾਇਆ ਕਰ। ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਫ, ਜਿਵੇਂ ਜਿਵੇਂ ਦੌਲਤ ਆਏ ਲੋਕੀ ਉਵੇਂ ਉਵੇਂ ਅਦਬ ਕਰ ਦਿੱਤਾ। ਰਿਸ਼ਤੇਦਾਰਾਂ 'ਚ ਬੜੀ ਗੰਦੀ ਬਿਮਾਰੀ ਹੈ, ਜਦੋਂ ਰਿਸ਼ਤੇਦਾਰ ਖਾਣ ਪੀਣ ਲੱਗ ਪਣ ਪਰਾਏ ਆਪਣੇ ਬਣ ਜਾਂਦੇ ਹਨ, ਜਦ ਕੁਛ ਪਾਸ ਹੁੰਦਾ ਹੈ ਗਰੀਬੀ ਤੋੜ ਦਿੱਤੀ ਹੈ ਜੋ ਰਿਸ਼ਤਾ ਖਾਸ ਹੋ। ਮੌਲੀਆਂ ਵੀ ਬੜੀ ਗੰਦੀ ਬਿਮਾਰੀ, ਆ ਮੁਸੀਬਤੇ ਮਾੜਾ ਬੰਦਾ ਗੱਲ ਕਰਦੇ ਮੌਲੀਆਂ ਨੂੰ ਪੈ ਜਾਂਦਾ ਗੱਲਾਂ ਕਰਦਾ, ਹੁੰਦੇ ਦਾ ਕੀ ਤੇ ਤਗੜਾ ਬੰਦਾ ਭਾਵੇਂ ਜਿੰਨੀ ਮਰਜ਼ੀ ਕੌੜੀ ਗੱਲ ਕਰੇ ਕੋਈ ਗੱਲ ਨਹੀਂ। ਐਸਾ ਅਜੀਬ ਕਿ ਐਸੀ 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 ਹੈ, ਬੋਲੋ ਨਾ ਸਹੀ ਨਹੀਂ ਗੱਲ ਕੀਤੀ। ਇਹ ਤਲਕ ਲਾਤੇ ਹੈ, ਜਾਓ ਤੁਸੀਂ ਮੌਲਵੀ ਨੂੰ ਨਾ ਚਲੋ। ਅੱਜ ਜਿੰਨੇ ਤੁਸੀਂ ਦੋਸਤ ਹੈ ਬਾਹਰ ਬੈਠੇ, ਜੇ ਮੌਲਵੀ ਮੁਸੀਬਤੇ ਮਾੜੇ ਦੀ ਗੱਲ ਹੋਰ ਤਰ੍ਹਾਂ ਕਰੇਗਾ, ਤਗੜੇ ਦੀ ਹੋਰ ਤਰ੍ਹਾਂ ਕਰੇਗਾ। ਇਹ ਕਿਸਮ ਤੇ ਖੜੇ ਹੋ ਗਏ ਮਹਿਮੂਦ ਤੋਂ ਆਜ਼ਾਦ, ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਰਹਾ। ਨਬੀ ਪਾਕ ਨੇ ਤੇ ਊਚ ਨੀਚ ਦਾ ਫਰਕ ਪਾਏ। ਹਜ਼ਰਤ ਯੂਸਫ ਨਬੀ ਬਾਦਸ਼ਾਹ ਬਣ ਗਏ ਨਾ ਤੇ ਭਰਾਵਾਂ ਦੇ ਘਰ ਭੁੱਖ ਪੈ ਗਈ, ਬੋਲੋ ਕੀ ਪੈ ਗਈ, ਤੇ ਕਣਕ ਲੱਭਣ ਆਏ, ਕਣਕ ਲੱਭਣ ਆਏ, ਕਣਕ ਤੇ ਕਣਕ ਨਹੀਂ ਸੀ ਲੱਭਦੀ ਕੁਰਾਨ। ਹਜ਼ਰਤ ਯੂਸਫ ਨਬੀ ਨੇ ਜਿਹੜੇ ਵੇਲੇ ਵੇਖਿਆ ਨਾ, ਇਹਨਾਂ ਖਿਆਲਾਂ ਭਰਾਵਾਂ ਦੇ ਨਾਮ ਲਿਖੇ ਨੇ ਤੇ ਯੂਸਫ ਨਬੀ ਆਂਦੇ ਅੱਲਾ ਨਾ ਪੜਾਏ ਤੇ ਮੇਰੇ ਭਰਾ ਬਾਬਰ ਜਾਇਆਂ ਦੇ ਨਾਮ ਨੇ। ਆਂਦੇ ਨੇ ਮੈਨੂੰ ਉੱਥੇ ਲੈ ਕੇ ਚੱਲੋ, ਜਦੋਂ ਬਾਰਡਰ ਤੇ ਭਰਾ ਖੜੇ ਨੇ, ਅੱਖਾਂ ਚੁੱਕੀਆਂ ਨੇ, ਸਿਰ ਚਿੱਟੇ ਹੋਏ ਪੈਰ ਨੇ, ਗਰੀਬੀ ਬੰਦੇ ਦੀ ਛੱਡ ਦੀਏ, ਗੁਰਬਤ ਬੰਦੇ ਨੂੰ ਰੋਲ ਦਿੰਦੀ ਏ, ਰੋਟੀ ਬੰਦਾ ਖਾ ਜਾਂਦੀ ਏ, ਗੁਰਬਤ ਬੰਦੇ ਨੂੰ ਰੋਲ ਦਿੰਦੀ ਏ। ਮੈਂ ਤੁਹਾਨੂੰ ਦੱਸਾਂ ਇਹ ਗੁਰਬਤ ਕੀ ਕਰਦੀ ਏ, ਆ ਮੈਰਿਜ ਹਾਲ ਤੇ ਨਾਸਰ ਮਦਨੀ ਬੈਠਾ ਸੋਫੇ ਤੇ, ਸੱਕਾ ਚਾਚਾ ਸੱਕਾ ਤਾਇਆ ਕੱਖ ਪਤੀ, ਉਹਨੂੰ ਆ ਕੁਰਸੀ ਆਖਰੀ ਤੇ ਬਹੁਤੇ ਨੇ। ਦੂਲੇ ਦਾ ਕੋਈ ਯਾਰ ਕਰੋੜ ਪਤੀ ਹੋਵੇ, ਉਹ ਇੱਕ ਇੱਥੇ ਬਹਿੰਦਾ ਇੱਕ ਇੱਥੇ ਬਹਿੰਦਾ ਹੈ,
ਚਾਚੇ ਤਾਏ ਨੂੰ ਪੁੱਛੀਏ ਤੂੰ ਕਿਉਂ ਨੀ ਅੱਗੇ ਬੈਠਾ, ਉਹਦਾ ਮੇਰਾ ਜੁਰਮ ਹੈ ਮੈਂ ਗਰੀਬ ਹਾਂ। ਖੂਨ ਕੇ ਰਿਸ਼ਤੋਂ ਪੇ ਦੌਲਤ ਗਲਤ ਕਰਦੀ ਉਨ ਲੋਗੋ ਨੇ, ਖੂਨ ਕੇ ਰਿਸ਼ਤੋਂ ਪੇ ਮਾਂ ਬਾਪ ਦੇ ਰਿਸ਼ਤਿਆਂ ਤੇ ਦੁਨੀਆਂ ਗਲਤ ਕਰਤੀ ਲੋਕਾਂ ਨੇ। ਸੁਣੀਏ ਦੌਲਤ ਕੋਲ ਬੁਲੰਦੀ ਤਰਜੀਹ ਦੇਣ ਵਾਲੋ, ਆ ਜੇ ਨਬੀਆਂ ਦੀ ਸ਼ਾਨ ਬਾਰਾਂ ਵੀ ਬਾਰਵਾਂ ਰੱਖੂ ਵੀ ਬਾਰਾਂ, ਨਾ ਸੂਰਤ ਦਾ ਨਾਮ ਵੀ ਯੂਸਫ ਤੇ ਜ਼ਿਕਰ ਵੀ ਵਿੱਚ ਬਾਰਾਂ ਦਾ, ਤੇ ਜਿਹੜੇ ਵਾਲੇ ਭਰਾਵਾਂ ਨੂੰ ਇਹ ਕਿਹਾ ਕਹਿੰਦੇ ਨੇ ਹਲ ਹਲੇ ਕਿਸੇ ਵੇਲੇ ਗਲੀ ਦੇ ਕੱਖਾਂ ਦੀ ਲੋੜ, ਇੱਜ਼ਤ ਕਿਸੇ ਦੇ ਵੇਖ ਨਾ ਸੜਿਆ ਕਰ, ਕੋਠੀ ਕਿਸੇ ਦੇ ਵੇਖ ਤੂੰ ਚੜਿਆ ਕਰ, ਨਾ ਜਾਦੂ ਟੂਣੇ ਕਰਿਆ ਕਰ, ਨਾ ਸ਼ਿਰਕ ਦੇ ਪੌੜੇ ਚੜਿਆ ਕਰ, ਨਾ ਕੁਫਰ ਦੀ ਬੈਣੀ ਵੜਿਆ ਕਰ, ਯੂਸਫ ਨਹੀਂ ਆਂਦੇ ਆਣਾ ਯੂਸਫ ਵਾਹਦਾ ਕੀ ਮੈਂ ਯੂਸਫ
ਸੁਣਾਵਾਂ ਆ ਮੇਰਾ ਭਰਾ ਬਿਨਯਾਮੀਨ ਵੀਰੋ ਦੱਸੋ ਬਾਬੇ ਦਾ ਕੀ ਹਾਲ ਹੈ ਤੇ ਜਿਹੜਾ ਬੇਰੂ ਸਮਝੇ ਕਲੇਜੇ ਨੂੰ ਰੋਗ ਪੈ ਗਿਆ ਤੇ ਭਰਾ ਤੈਨੂੰ ਸਾਖੀ ਯਕੀਨ ਵਿੱਚ ਬਦਲ ਗਿਆ ਆਂਦੇ ਨੇ ਬਾਬੇ ਦੀਆਂ ਗੱਲਾਂ ਬਹੁਤ ਜੋ ਹੋਏ ਘਰ ਪਤਾ ਲੈ ਜਾਣਾ ਸੀ ਨਰਾਜ਼ਗੀਆਂ ਤੇ ਹੋ ਹੀ ਜਾਂਦੀਆਂ ਨੇ ਰੋਸਤੇ ਪਈ ਤਾਈ ਮੈਂ ਤੇਰਾ ਪਤਾ ਲੈਣ ਆਉਂਦਾ ਅਜੇ ਪਤਾ ਲੈ ਕੇ ਨਿਕਲਦਾ ਹੈ ਤੇ ਭਰਾ ਬਹੁਤ ਹੋ ਜਾਂਦਾ ਹੈ ਮੇਰਾ ਭਰਾ ਪੀਆ ਵੀਰ ਤੇ ਵੀਰੋ ਬਾਬੇ ਦਾ ਕੀ ਹਾਲ ਆਪੇ ਯੂਸਫ ਕੁਝ ਨਾ ਕੁਝ ਆਪਣੀਆਂ ਅੱਖਾਂ ਗਵਾ ਬੈਠਾ ਹੈ ਕਰਮਾਂ ਵਾਲੇ ਨੇ ਕਿਤੇ ਸੋਨ
ਸੋਹਣਾ ਸੁਣਾ ਏ ਕਿਤੇ ਕੰਨਾਂ ਚ ਪਾਉਣ ਵਾਲੇ ਨਹੀਂ ਕਿਤੇ ਲੱਸੀ ਪੀਣ ਨੂੰ ਲੱਭਦੀ ਨਹੀਂ ਕਈਆਂ ਕੁੱਤੇ ਦੂਜੀ ਪਾਲੇ ਨੇ ਕਿਤੇ ਗਵਾਂ ਤੋਂ ਛੁੱਟੀ ਮਿਲਦੀ ਨਹੀਂ ਕਈ ਖੁਸ਼ੀਆਂ ਦੇ ਵਿੱਚ ਅੱਟੇ ਨੇ ਹੈ ਕੋਈ ਵੱਲ ਅੰਗੂਰਾਂ ਦੇ ਕੁਝ ਮਿੱਠੇ ਨੇ ਕੁਝ ਖੱਟੇ ਨੇ ਮੌਲਾ ਤੇਰੇ ਮੈਂ ਆਪਣੇ ਭਾਈ ਅਸਲ ਨੂੰ ਕਵਾਂਗਾ ਅਲੀ ਨੂੰ ਕਵਾਂਗਾ ਆਪਣੇ ਬਾਪ ਦੇ ਹਿੱਸੇ ਦੇ ਵਿੱਚ ਜਿਹੜੀ ਸ਼ੈ ਆਈ ਹੋਵੇ ਅੱਜ ਮੇਰੀ ਇੱਕ ਨਸੀਹਤ ਹੈ ਉਹਦੇ ਵਿੱਚੋਂ ਕੁਛ ਹਿੱਸਾ ਮਸਜਿਦ ਮਦਰਸੇ ਯਤੀਮ ਖਾਨੇ ਨੂੰ ਵਕਫ ਕਰਦੇ ਅਮੀਰ ਕਿਆਮਤ ਤੱਕ ਉਹਨਾਂ ਨੂੰ ਅਜਰ ਮਿਲੇਗਾ ਸਵਾਬ ਮਿਲੇਗਾ ਦੌਲਤਾਂ ਤੇ ਬੜੀਆਂ ਛੱਡ ਕੇ ਜਾਂਦੇ ਨੇ ਮਾਪੇ ਉਹ ਪੁੱਤਰੋ ਗੁਸਲਾ ਤਿਆਰ ਕਰੋ ਮਾਂ ਮਰੇ ਤੇ ਧੀਓ ਗੁਸਲਾ ਤਿਆਰ ਕਰੋ ਉਹ ਮਾਂ ਬਾਪ ਮਰੇ ਤੇ ਜਨਾਜ਼ਾ ਵੀ ਆਪ ਪੜਾਇਆ ਕਰੋ ਉਹ ਸਾਰੀ ਉਮਰ ਉਹਨਾਂ ਤੁਹਾਡੇ ਲਈ ਕੀਤੀ ਹੁੰਦੀ ਹੈ ਮੈਂ ਜਨਾਜ਼ਾ ਪੜਾਵਾਂ ਦਰਦ ਹੋ ਰਹੇ ਤੁਸੀਂ ਪੜਾਓ ਹੋ ਰਹੇ ਜਿਹਦਾ ਬਾਪ ਮਰਿਆ ਵੇ ਉਹਦੀਆਂ ਅੱਖਾਂ ਚੋਂ ਆਂਸੂ ਨਿਕਲਦੇ ਅਰਸ਼ ਵਾਲਾ ਕਹਿੰਦਾ ਹੈ ਹੁਣ ਮੈਂ ਤੈਨੂੰ ਵੇਖਾਂ ਕਿ ਤੇਰੇ ਬੱਚੇ ਦੀ ਜ਼ਬਾਨ ਚੋਂ ਨਿਕਲ ਵਾਲੀ ਆਪਣੀ ਕਲਾਮ ਵੇਖਾਂ ਅੱਲਾਹ ਬਖਸ਼ੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਪੁੱਤਰ ਨੇ ਆ ਸਾਡੇ ਬੱਕਰੇ ਛਤਰੇ ਤੁਸੀਂ ਵੇਖੇ ਇਹ ਗੋਸ਼ਤ ਵੀ ਆਪ ਬਣਦੇ ਨੇ ਮਾਂ ਕੋਲ ਲੱਗ ਬੈਠਾ ਹੁੰਦਾ ਹੈ ਕਹਿੰਦੇ ਨੇ ਅਸੀਂ ਆਪੀ ਬਣਦੇ ਤੇ ਕੁਰਬਾਨੀ ਹਜ਼ਰਤ ਇਬਰਾਹੀਮ ਦੇ ਪੁੱਤਰ ਦੀ ਸਾਨੂੰ ਕੁਰਬਾਨੀ ਦੇ ਫਲਸਫੇ ਦਾ ਹੀ ਪਤਾ ਹੈ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਪੁੱਤਰ ਮੰਗੇ ਅੱਲਾਹ ਕੋਲੋਂ ਔਰ ਸੁਣਾ ਬੱਚਿਓ ਤੁਸੀਂ ਵੀ ਕਦੀ ਰਾਤ ਉੱਠ ਕੇ ਦੁਆ ਮੰਗੀਏ ਕਿ ਯਾ ਅੱਲਾਹ 8 ਦਿਨ ਮੇਰਾ ਪਿਓ ਮੇਰੇ ਘਰ ਰਹਿ ਜੇ 20 ਦਿਨ ਮੇਰੇ ਘਰ ਰਹਿ ਜੇ ਸੁਭਾਨ ਅੱਲਾਹ ਰੱਬੇ ਹਬਲੀ ਮੇਰਾ ਸਵਾਲ ਹੈ ਅੱਜ ਕੱਲ ਦਾ ਮੁੰਡਾ ਹੁੰਦਾ ਨਾ ਫੇਸਬੁੱਕ ਮਾਡਲ ਆ 2024 ਮਾਡਲ ਹੁੰਦਾ ਨਾ ਤੇਰੇ ਪਤਾ ਕੀ ਆਖਣਾ ਲੈ ਹਿੱਲ ਗਿਆ ਤੈਨੂੰ ਰਾਤ ਪੁੱਠੀਆਂ ਖਾਪਾਂ ਹੁੰਦੀਆਂ ਲਾਲ ਕਰਨੂੰ ਮੈਂ ਰਹਿ ਗਿਆ ਉਹ ਤਾਂ ਪ੍ਰੈਲਰ ਚੂਚਾ ਲਾਲ ਕਰ ਬਾਬਾ ਜੀ ਇਬਰਾਹੀਮ
ਉਧਰ ਇਸਮਾਇਲ ਹੈ ਅੰਦਰਿਆ ਬਾਤੇ ਮਰ ਮਾਂ ਤੋਂ ਮਰ ਏ ਮੇਰੇ ਅੱਬੂ ਜੀ ਜਿਵੇਂ ਤੁਸੀਂ ਰਾਜ਼ੀ ਹੋਏ ਮੈਂ ਰਾਜ਼ੀ ਹੁਣ ਅੰਨਾ ਦਾ ਖਲੀਲ ਏ ਪੁੱਤਰ ਗੱਡਾਂ ਲੱਗੇ ਮੈਂ ਹੱਜ ਪੜ ਕੇ ਆਇਆ ਐ ਪਿਛਲੇ ਹਫ਼ਤੇ ਉਮਰਾ ਕਰ ਕੇ ਆਇਆ ਪਿਛਲੇ ਸਾਲ ਮੈਂ ਹੱਜ ਪੜ ਕੇ ਆਇਆ ਸਾਂ ਮੇਰਾ ਤੇ ਪੱਕਾ ਨਹੀਂ ਗੱਲ ਜਦੋਂ ਮਰਜ਼ੀ ਜਾਂਦਾ ਰਹਿਣਾ ਗੱਲ ਸੁਣਿਆ ਜੇ ਬਾਬਾ ਜੀ ਪੁੱਤਰ ਡਾਉਣ ਲੱਗਾ ਅੱਬਾ ਜੀ ਅੱਖਾਂ ਦੇ ਪੱਟੀ ਪੜ ਲਓ ਮੇਰੇ ਪੈਰਾਂ ਨੂੰ ਰੱਸੀ ਪੜ ਲਓ ਪੁੱਤਰ ਜਦੋਂ ਤੂੰ ਰਾਜ਼ੀ ਤੇ ਮੈਂ ਰਾਜ਼ੀ ਤੇ ਫਿਰ ਰੱਸੀ ਪੜਨ ਦੀ ਲੋੜ ਅੱਬਾ ਜੀ ਮੇਰਾ ਖੂਨ ਜਵਾਨੀ ਵਾਲਾ ਹੈ ਤੁਹਾਡਾ ਖੂਨ ਬੁਢਾਪੇ ਵਾਲਾ ਹੈ ਕਿਤੇ ਪੁੱਤਰ ਦੀਆਂ ਲੱਤਾਂ ਬਾਪ ਨੂੰ ਨਾ ਲੱਗਣ ਬੇਅਦਬੀ ਨਾ ਹੋ ਜਾਏ ਏਡਾ ਅੱਧ ਪਾਲਾ ਪੁੱਤਰ ਆਖਿਆ ਅੱਬਾ ਜੀ ਅੱਖਾਂ ਤੇ ਪੱਟੀ ਇਸ ਲਈ ਕਹਿ ਰਿਹਾ ਬੱਲੋ ਜਦੋਂ ਪੁੱਤਰ ਦੀ ਅੱਖ ਵਿੱਚ ਬਾਪ ਦੀ ਅੱਖ ਮਿਲੇਗੀ ਛੁਰੀ ਚਲਾਈ ਜਿਹੜੀ ਅੱਜ ਤੇ ਮਿਸਾਲ ਨਹੀਂ ਸਕੀ ਉਹ ਤਾਹਤ ਮੈਨੂੰ ਕੱਟਣ ਨਹੀਂ ਦੇਣੀ ਛੁਰੀ ਨੇ ਜਦੋਂ ਵੇਖੀ ਥੱਲੇ ਪੈਂਦਾ ਹੋਇਆ ਸੀ ਪਾ ਗਿਆ ਕੁਰਬਾਨੀ ਦਾ ਬੱਕਰਾ ਲਾਲ ਕੀਤਾ ਹੁੰਦਾ ਮਾਂ ਉੱਥੇ ਬੈਠੀ ਹੁੰਦੀ ਹੈ ਤੇ ਨੌਂ ਚੜਾਲੀ ਬਣ ਕੇ ਟੱਪ ਚ ਗੋਟੀਆਂ ਪਾ ਪਾ ਵੱਡੀ ਜਾ ਰਹੀ ਹੈ ਤੇ ਸੱਸ ਉੱਥੇ ਬੈਠੀ ਹੁੰਦੀ ਹੈ ਫਰਿਸ਼ਤੇ ਨਾਮ ਦਾ ਪਾ ਰਹੇ ਹੁੰਦੇ ਨੇ ਕਿ ਆਹ ਫਰਮਾ ਬਰਦਾਰੀ ਕਿਤਨੇ ਬੰਦੇ ਬੈਠੇ ਨੇ ਔਰ ਘਰ ਚ ਮਾਈ ਪਿਤਾ ਬੈਠਾ ਵਿੱਚ ਉਹਨਾਂ ਨੂੰ ਕਿਆ ਕਰੋ ਪੋਸਟ ਮੰਨਿਆ ਹਾਂਜੀ ਮਾਂ ਬਾਪ ਜਦ ਤੱਕ ਘਰ ਚ ਜਿੰਦਾ ਹੈ ਉਹਨਾਂ ਦੀ ਸਰਦਾਰੀ ਰੱਖੋ ਹਾਂ ਅੱਲਾ ਕੋ ਦੁਆ ਹੈ ਅੱਲਾ ਸਾਨੂੰ ਮਾਂ ਬਾਪ ਦੀ ਖੁਸ਼ਬੂ ਦੇਵੇ ਇਹ ਬੱਚਾ ਮਾਈ ਬੈਠਾ ਹੈ ਰਾਣਾ ਸਾਹਿਬ ਮੈਨੂੰ ਫੋਨ ਕਹਿੰਦੇ ਮੇਰੇ ਵਾਲਦ ਸਾਹਿਬ ਤੁਹਾਡਾ ਬੜਾ ਪਿਆਰ ਕਰਦੇ ਸੀ ਮੈਂ ਕਿਹਾ ਮੈਂ ਜ਼ਰੂਰ ਆਵਾਂ ਮੈਂ ਕਿਹਾ ਮੈਂ ਪਹੁੰਚਾਂਗਾ ਜ਼ਰੂਰ ਇਹੋ ਜਿਹੇ ਬੱਚੇ ਹੈ ਨਾ ਇਸਮਾਇਲ ਅਲੈਹਿਸ ਸਲਾਮ ਦੀ ਮਾਂ ਫੌਤ ਹੋ ਗਈ ਬਾਬਾ ਜੀ ਇਬਰਾਹਿਮ ਫਲਸਤੀਨ ਤੋਂ ਪਹੁੰਚੇ ਆਂਦੇ ਇਹ ਤੇ ਖੁਸ਼ਬੂ ਮੇਰੇ ਅੱਬੇ ਦੀ ਜਾਪਦੀ ਹਜ਼ਰਤ ਨੂੰ ਤਾਂ ਗੈਸੀ ਮਿਲਨੇ ਨੂੰ ਬਾਪ ਦੀ ਘਰ ਆਏ ਤੇ ਪੁੱਛਦੇ ਦੱਸੋ ਦੱਸੋ ਘਰ ਆਏ ਤੇ ਪੁੱਛਦੇ ਦੱਸੋ ਹਸਤੀ ਕੋਈ ਆਈਆਂ ਮਾਪਿਆਂ ਦੀ ਖੁਸ਼ਬੂ ਅੱਲਾ ਵੱਖਰੀ ਬਣਾਈ ਆ ਪਰ ਆਉਂਦੀ ਏ ਉਸਨੂੰ ਜਿਸਦੇ ਦਿਲ ਦੀ ਸਫਾਈ ਆ ਅੱਲਾ ਕੋ ਦੁਆ ਹੈ ਅੱਲਾ ਸਾਨੂੰ ਮਾਂ ਬਾਪ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਏ ਮੈਂ ਹਦੀਸ ਪਾਸ ਬਿਆਨ ਕਰ ਦੇਣਾ ਹੈ ਆਉਂ ਸਭ ਤੋਂ ਅਗਵਾ ਕੋਲ ਜੰਨਾ ਹਜ਼ੂਰ ਨੇ ਫਰਮਾਇਆ ਬਾਪ ਜੰਨਤ ਦਾ ਦਰਮਿਆਨਾ ਦਰਵਾਜ਼ਾ ਮਸਲਾ ਸੁਣ ਲਓ ਬੀਬੀਓ ਤੁਸੀਂ ਆਪਣੀ ਔਲਾਦ ਨੂੰ ਆਪਣੇ ਖਾਨ ਦੇ ਖਿਲਾਫ਼ ਨਾ ਭੜਕਾਇਆ ਕਰੋ
ਤੁਸੀਂ ਖਾਨ ਦੇ ਖਿਲਾਫ ਔਲਾਦ ਨੂੰ ਭੜਕਾਉਂਦੀਆਂ ਜੇ ਤੇਰਾ ਪਿਓ ਇੰਜ ਕਰਦਾ, ਤੇਰਾ ਪਿਓ ਇੰਜ ਕਰਦਾ, ਨਾ ਭੈਣਾ ਸਾਰਾ ਦਿਨ ਤੇ ਉਹ ਕੰਮ ਤੇ ਜਾਂਦਾ, ਸ਼ਾਮ ਨੂੰ ਆਉਂਦਾ ਤੂੰ ਔਲਾਦ ਨੂੰ ਉਹਦੇ ਖਿਲਾਫ ਕਰਦੀ, ਔਲਾਦ ਨੂੰ ਕੋਈ ਬਹਿੰਦੀ ਨਹੀਂ। ਮੈਂ ਮਸਲਾ ਸਮਝਾਉਣ ਲੱਗਾ, ਪੁੱਤਰੋ ਇਸ ਪਾਸੇ ਮਾਂ ਬੈਠੀ ਹੋਵੇ, ਇੱਥੇ ਬਾਪ ਬੈਠਾ ਹੋਵੇ, ਵਿੱਚ ਘਰ ਤੁਸੀਂ ਬੈਠੇ ਹੋ, ਮਾਂ ਕਵੇ ਇੰਜ ਕਰਨਾ ਹੈ, ਬਾਪ ਕਵੇ ਇੰਜ ਕਰਨਾ ਹੈ, ਉਸ ਟਾਈਮ ਸ਼ਰੀਅਤ ਨੇ ਕਿਹਾ ਤੁਸੀਂ ਬਾਪ ਦਾ ਹੁਕਮ ਮੰਨਣਾ। ਮੁਰਸ਼ੀ ਬੋਲੋ ਕਿਸਦਾ ਹੁਕਮ ਮੰਨਣਾ? ਬਾਪ ਦਾ। ਕਿਉਂ? ਸ਼ਰੀਅਤ ਨੇ ਬਾਪ ਕੋ ਹਾਕਮ ਬਣਾਇਆ ਹੈ। ਔਰ ਸੁਣੀਏ, ਸਹੀ ਬੁਖਾਰੀ ਚ ਹਦੀਸ ਹੈ, ਉਂਝ ਕੋਈ ਬੰਦਾ ਕਿਸੇ ਨੂੰ ਸ਼ੈ ਅੱਲਾ ਵਾਸਤੇ ਦੇ ਕੇ ਵਾਪਸ ਲੈਣ, ਇੰਜ ਜਿਵੇਂ ਕੁੱਤਾ ਕੈ ਕਰਕੇ ਚੱਕ ਲੈਂਦਾ। ਪਰ ਸ਼ਰੀਅਤ ਨੇ ਕਿਹਾ ਬਾਪ ਆਪਣੀ ਔਲਾਦ ਨੂੰ ਤਿੰਨ ਵਾਰਾ ਚੀਜ਼ ਦੇ ਕੇ ਵਾਪਸ ਲੈ, ਉਹ ਤੇ ਕੋਈ ਹੱਥ ਨਹੀਂ, ਇਤਨੀ ਥਾਰਤੀ ਹੈ ਬਾਪ ਦੀ। ਆ ਕਈ ਬੀਬੀਆਂ ਉਹਨਾਂ ਦੀ ਬੜਾ ਕੁਛ ਕਰਦੀਆਂ ਨੇ, ਨਹੀਂ ਪਿਓ ਨੇ ਕੀ ਕੀਤਾ, ਪਾਲਿਆ ਤੇ ਮੈਂ ਸੰਭਿਆ ਤੇ ਮੈਂ, ਨਹੀਂ ਭੈਣਾਂ ਇਹ ਗੱਲਾਂ ਬੇਇਨਸਾਫੀ ਆ। ਤੂੰ ਪਾਲਿਆ ਹੈ, ਉਹਨੇ ਕਮਾਇਆ ਹੈ, ਅੱਲਾ ਨੇ ਤੇਰੀ ਡਿਊਟੀ ਲੱਗ ਲਾਈ, ਉਹਦੀ ਲੱਗ ਲਾਈ ਹੈ, ਬਾਪ ਦਾ ਵੀ ਕੋਈ ਹਿੱਸਾ ਹੈ। ਔਰ ਰਾਤ ਬੱਤੀ ਜਾਂਦੀ ਹੈ, ਖੰਭੇ ਤੇ ਕੌਣ ਜਾਂਦਾ? ਉੱਚੀ ਬੋਲੋ, ਨਾ ਡਰੋ, ਵਿੱਚ ਪੜਦਾ ਹੈਗਾ, ਕੁਛ ਨਹੀਂ ਕਹਿੰਦੀ। ਸਾਰੇ ਬੋਲੋ, ਸਾਰੇ ਬੋਲੋ, ਉਹ ਖੰਭੇ ਦੇ ਉੱਤੇ ਤਾਰ ਸਹੀ ਕਰ, ਕੌਣ ਚੜਦਾ? ਮੇਰੇ ਢਿੱਲੇ ਬੋਲੋ, ਉੱਚੀ ਬੋਲੋ, ਕੌਣ ਚੜਦਾ? ਬਾਪ ਜਾਂਦਾ ਹੈ ਨਾ। ਅੱਛਾ, ਗੱਡੀ ਖਰਾਬ ਹੋਈ ਹੈ, ਮਾਂ ਨੇ ਸੋਹਣੇ ਕੱਪੜੇ ਪਾਏ ਨੇ, ਵਿੱਚ ਬੈਠੀ ਹੈ, ਬੀਵੀ ਨੇ ਸੋਹਣੇ ਕੱਪੜੇ ਪਾਏ, ਵਿੱਚ ਬੈਠੀ ਹੈ, ਥੱਲੇ ਉੱਤਰ ਕੇ ਗੱਡੀ ਦੀ ਸਟੱਪਣੀ ਕੌਣ ਬਦਲਦਾ? ਆਹ ਗਰਮੀ 46 ਡਿਗਰੀ ਸੈਂਟੀਗ੍ਰੇਡ ਹੈ, ਇੱਥੋਂ ਲੈਂਡ ਕਰੂਜ਼ਰ V8, TXZ, ਫੋਰਚੂਨਰ, BMW, ਫੋਰਨੇਕ, ਬੋਟੀ, ਅਲਟਸ, ਕਲਟਸ, ਰੇਂਜ ਰੋਵਰ, ਲੈਕਸੀ, GMC, ਮੈਰਕਨ, ਕੀਆ ਸਪੋਰਟਜ, ਹੋਂਡਾ ਸਵਿਫਟ, ਟੋਯੋਟਾ ਕਰੋਲਾ, ਪੁਸ਼ੇ, ਅਤੇ ਨੰਨੇ ਬਹਿ ਗੱਡੀਆਂ ਲੰਘ ਰਹੀਆਂ ਨੇ। ਉਹਦਾ ਟਾਇਰ ਜਾਂਦਿਆਂ ਪੈਂਚਰ ਹੋਵੇ, ਅਤੇ ਸੜਕ ਦੇ ਵਿੱਚ ਕਰ ਧੁੱਪ ਹੁੰਦੀ ਹੈ ਸ਼ਿਖਰ, ਅਤੇ ਕੱਪੜੇ ਖਾਣ ਨੇ ਵੀ ਸੋਹਣੇ ਪਾਏ ਹੋਣ, ਅਤੇ ਬੀਵੀ ਨੇ ਤਾਂ ਪਾਏ ਸੋਹਣੇ ਹੁੰਦੇ, ਸੰਤ ਕਦੀ ਕਦੀ ਨਸੀਬ ਹੁੰਦੇ ਨੇ, ਤੇ ਬੁੜੀਆਂ ਨੂੰ ਤੇ ਅੱਲਾ ਪਾਕ ਨੇ ਸ਼ਾਮ ਦਿੱਤਾ ਹੈ ਕਿ ਜ਼ੇਬੋ ਜ਼ਿੰਮੇ ਚ ਰਹਿੰਦੀ ਹੈ। ਔਰ ਮੈਂ ਭੈਣਾਂ ਨੂੰ ਕਹਾਂਗਾ, ਖਾਮਨ ਦਾ ਕਦੀ ਗਿਲਾ ਹੀ ਨਾ ਕਰੋ, ਤੁਸੀਂ ਸਾਰੇ ਸਾਲ 'ਚ ਜਿਹੜੇ ਸੂਟ ਪਾਉਂਦੀਆਂ ਹਨ, ਅਸੀਂ ਪੂਰੀ ਜ਼ਿੰਦਗੀ 'ਚ ਨਹੀਂ ਪਾਉਂਦੇ। ਅਸੀਂ ਤਾਂ ਬੰਦਿਆਂ ਨੂੰ ਫੇਰਾ ਹੀ ਪਿਆ ਹੈ, ਐਵੇਂ ਹਾਂ ਦੁਨੀਆ 'ਚ ਆਉਣਾ ਤੇ ਨਾ ਬੀਬੀਆਂ ਦਾ ਕੰਮ, ਘਰ ਬੈਠੀਆਂ ਨੇ ਏਸੀ ਲੱਗੇ ਨੇ, ਘਰ ਬੈਠਿਆਂ ਨੂੰ ਸੋਹਣੇ ਕੱਪੜੇ ਮਿਲ ਰਹੇ, ਨਹੀਂ ਭੈਣਾ ਖਾਮਨ ਦੀ ਬੜੀ ਜ਼ਿੰਦਗੀ ਔਖੀ ਹੈ, ਬਾਪ ਦੀ ਜ਼ਿੰਦਗੀ ਬੜੀ ਔਖੀ। ਬੋਲੋ ਵੀ ਆ ਗੱਟ ਵਾਲੀ ਨਹਿਰ ਦੇ ਉੱਤੇ ਟਾਇਰ ਪੈਂਚਰ ਹੋਵੇ, ਸ਼ਿਕਰ ਦੁਪਹਿਰੇ ਉੱਤਰ ਕੇ ਟਾਇਰ ਸਟੱਪਣੀ ਕੌਣ ਬਦਲਦਾ? ਬਾਪ ਬਦਲਦਾ। 30 ਤਰੀਕ ਨੂੰ ਬਿੱਲ ਦੀ ਫਿਕਰ ਕਿਹਨੂੰ ਲੱਗਦੀ ਹੈ? ਬਾਪ ਨੂੰ। ਫੈਕਟਰੀ ਦੇ ਉੱਤੇ ਕਰਜ਼ਾ ਚੜ ਗਿਆ, ਲੋਨ ਦੀ ਫਿਕਰ ਕਿਹਨੂੰ? ਬਾਪ ਨੂੰ। ਤੇ ਸਾਡੇ ਇੱਥੇ ਬਾਪ ਨੂੰ ਸਮਝਦੇ ਕੁਛ, ਤੂੰ ਕੀਤਾ ਕੀ? ਉਹ ਚੱਲਿਓ, ਬਾਪ ਹੀ ਸਾਰੀਆਂ ਚੱਕੀਆਂ 'ਚ ਪਿਸ ਕੇ ਤੁਹਾਡੇ ਨੂੰ ਪੜ੍ਹਾਉਂਦਾ, ਬਾਪ ਸਾਰੀਆਂ ਚੱਕੀਆਂ 'ਚ ਪਿਸ ਕੇ ਤੁਹਾਡੀ ਫੈਕਟਰੀ ਚਲਾਉਂਦਾ ਹੈ, ਬਾਪ ਸਾਰੀਆਂ ਚੱਕੀਆਂ 'ਚ ਪਿਸ ਕੇ ਤੁਹਾਡੇ ਮਕਾਨ ਦੀਆਂ ਕਿਸ਼ਤਾਂ ਤਾਰਦਾ ਹੈ, ਬਾਪ ਸਾਰੀਆਂ ਚੱਕੀਆਂ 'ਚ ਪਿਸ ਕੇ ਤੁਹਾਡੇ ਲਈ ਸੋਹਣੇ ਕੱਪੜੇ ਦਾ ਇੰਤਜ਼ਾਮ ਕਰਦਾ ਹੈ। ਬਾਪ ਕੀ ਸ਼ਾਨ ਲਿਖਾ ਕਰੋ, ਜਬ ਗਾੜੀ ਪੇ ਲਿਖੋ ਇਹ ਕਿਹੜਾ ਨਾ ਲਿਖਾ ਕਰੋ, ਇਹ ਮੇਰੀ ਮਾਂ ਕੀ ਦੁਆ ਹੈ, ਇਹ ਲਿਖਾ ਕਰੋ ਇਹ ਮੇਰੇ ਮਾਂ ਬਾਪ ਕੀ ਦੁਆ। ਚਲੋ ਜੀ, ਨੇ ਕਾਰ ਲੈ ਕੇ ਪਿਓ ਦਾ ਨਾਂ ਸਕਰੀਨ ਤੋਂ ਡਾਲਤਾ। ਹਾਂਜੀ, ਸੱਚੀ ਗੱਲ, ਸਕਰੀਨ ਤੋਂ ਡਾਲਤਾ, ਇਹ ਮੇਰੇ ਮਾਂ ਬਾਪ ਕੀ ਦੁਆ ਹੈ, ਇਹ ਲਿਖਾ ਕਰੋ ਇਹ ਮੇਰੇ ਵਾਲਿਦੈਨ ਕੀ ਦੁਆ ਹੈ। ਔਰ ਜਦੋਂ ਵੀ ਘਰ 'ਚ ਕੋਈ ਫੰਕਸ਼ਨ ਹੋਏ, ਮਾਂ ਪਿਓ ਨੂੰ ਦੋਵਾਂ ਨੂੰ ਹੱਥ ਫੜ ਕੇ ਚੀਜ਼ ਦਾ ਇਸਤਕਬਾਲ ਨਵੀਂ ਫਤਾ ਕਰਾਇਆ, ਕੋਈ ਪ੍ਰਾਹੁਣ ਰਿਸ਼ਤੇਦਾਰ ਤੋਂ ਜਾਣਾ ਨਾ, ਇਹ ਪੈਸੇ ਡਾਇਰੈਕਟ ਨਹੀਂ ਵਰਤਣੇ,
ਹਜ਼ਾਰ ਰੁਪਈਆ ਮਾਂ ਨੂੰ ਤੇ ਪਿਓ ਨੂੰ ਫੜਾਉਣਾ ਹੈ। ਲਓ ਅੱਬਾ ਜੀ ਉੱਥੇ ਤੁਸੀਂ ਵਰਤੋ, ਕਿਉਂ ਅਗਲਿਆਂ ਨੂੰ ਪਤਾ ਲੱਗੇ ਚੌਧਰੀ ਅੱਜ ਵੀ ਘਰ 'ਚ ਦੁਕਾਨ ਤੇ ਬੈਠਾ ਪਿਆ, ਫਕੀਰ ਆਇਆ, ਉਹਨੂੰ ਪੈਸੇ ਡਾਇਰੈਕਟ ਨਹੀਂ ਫੜਾਉਣੇ, ਮਾਂ ਬਾਪ ਨੂੰ ਪੈਸੇ ਦੇਣੇ। ਲਓ ਇਹ ਫਕੀਰ ਨੂੰ ਦਵੋ, ਉਹਨੂੰ ਪਤਾ ਹੋਵੇ ਅੱਜ ਵੀ ਘਰ ਦਾ ਚੌਧਰੀ ਮਾਂ ਬਾਪ, ਤੇ ਜਦੋਂ ਤਨਖਾਹ ਆਉਣੀ ਤੇ ਕਿਵੇਂ ਦੇਣੇ। ਕਦੀ ਮਾਂ ਬਾਪ ਨੂੰ ਪੈਸੇ ਇੰਜ ਕਰਕੇ ਨਹੀਂ ਦੇਣੇ। ਸੁਣੋ, ਇਹ ਮੁੰਡੇ ਦਾ ਹੱਥ ਹੋਵੇ ਤੇ ਥੱਲੇ ਮਾਂ ਪਿਓ ਦਾ ਨਹੀਂ, ਮੇਰੇ ਕੋਲ ਤਰੀਕਾ ਸਿੱਖ ਲਓ। ਜਦੋਂ ਮਾਂ ਬਾਪ ਨੂੰ ਪੈਸੇ ਦੇਣੇ ਨੇ, ਇੰਜ ਤਲੀ ਤੇ ਰੱਖੇ ਹੋਣ ਤੇ ਮਾਂ ਬਾਪ ਨੂੰ ਕਹਿਣਾ ਲਓ ਮਾਈ ਬਾਪ ਇੱਥੋਂ ਚੁੱਕੋ, ਉਹ ਕਹਿਣ ਪੁੱਤਰ ਖੈਰ ਏ, ਅੰਮਾ ਜਿੰਨਾ ਇੰਜ ਕੀਤਾ ਹੋਵੇ, ਇੰਜ ਕਰਨਾ ਬੜਾ ਔਖਾ ਹੁੰਦਾ। ਮਾਂ ਬਾਪ ਕੋ ਕਦੀ ਵੀ ਐਸੇ ਨਾ ਕਰਨੇ ਦੇਣਾ, ਉਨਕੋ ਜਬ ਵੀ ਪੈਸੇ ਦੇਣੇ ਐਸੇ ਦੇ, ਉਨਕੋ ਕਹਿਣਾ ਉੱਪਰ ਸੇ ਉਠਾ ਲੇ, ਇੰਜ ਤੁਹਾਡੀ ਤਰੀ ਤੇ ਪੈਰ ਪੈ ਹੋਣ ਉੱਪਰੋਂ ਠਾਣ। ਅੱਲਾਹ ਸੇ ਦੁਆ ਹੈ ਕਿ ਮੇਰੀ ਬਤਾਈ ਹੋਏ ਬਾਤੇ ਅੱਲਾਹ ਹਮੇ ਸਮਝਣੇ ਕੀ ਤੋਫੀਕ ਦੇ। ਅਲਹਮਦੁਲਿਲਾਹ।